ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਠੀਕ ਠਾਕ ਹੋ ਸਾਰੇ ਭੈਣ ਭਰਾ? ਅਤੇ ਆਓ ਯਾਰ, ਤੁਹਾਨੂੰ ਆਪਾਂ ਸੜਕ ਵਿਖਾਈਏ ਆਪਣੇ ਘਰ ਦੇ ਅੱਗੇ ਜਿਹੜੀ ਬਣੀ ਆ। ਬਹੁਤ ਤੰਗ ਹਾਂ ਆਪਾਂ ਇੱਥੇ, ਵੀ ਮਿੱਟੀ ਘੱਟਾ ਬੜਾ ਉੱਡਦਾ ਹੁੰਦਾ ਸੀ। ਦੇਖੋ ਭੈਣ ਭਰਾ ਵੀ ਆ ਜੇ ਨਾ, ਲਾਗੇ ਬਹਿਣਾ ਔਖਾ ਸੀ। ਜਿੰਨੀ ਮਰਜ਼ੀ ਸਫਾਈ ਕਰਦੀ, ਘੱਟਾ ਹੀ ਘੱਟਾ। ਕਿਉਂਕਿ ਸਾਲ ਡੇਢ ਸਾਲ ਤੋਂ ਜਿਹੜੀ ਸੜਕ ਸੀ ਨਾ, ਸਾਰੀ ਪੁੱਟ ਪੱਟ ਕੇ ਅਤੇ ਉਹ ਮੋਟਾ ਬੱਜਰ ਪਾਇਆ ਸੀ ਅਤੇ ਬੜਾ ਇੱਟਾ ਰੋੜਾ ਸੀ, ਲੰਘਣ ਵਾਲੇ ਬੜੇ ਤੰਗ ਸੀ। ਅਤੇ ਆਹ ਵੇਖੋ ਆਪਣੇ ਘਰ ਦੇ ਸਾਹਮਣੇ ਨਾ ਸੜਕ ਹੁਣ ਬਹੁਤ ਵਧੀਆ ਬਣ ਗਈ ਹੈ। ਆਹ ਵਿਖਾਇਓ ਮਰਜ਼ਾ ਇੱਧਰ ਨੂੰ, ਆਹ ਵੇਖੋ। ਅਤੇ ਇਹ ਸੜਕ ਜਿਹੜੀ ਹੈ ਨਾ, ਕਾਫੀ ਪਿੰਡਾਂ ਨੂੰ ਜੋੜਦੀ ਆ, ਜਿੱਦਾਂ ਰਜੋਆ ਪਿੰਡਾ ਰੋੜੀ, ਵਰਿਆਂ, ਬਿਠਵਾਂ, ਮੂੜਾਂ, ਅਤੇ ਬਿਠਵਾਂ ਤੋਂ ਅੱਗੇ ਜਾ ਕੇ ਜਿਹੜਾ ਵੱਡਾ ਰੋੜਾ ਆਉਂਦਾ। ਇੱਕ ਮੇਰੀ ਬੇਨਤੀ ਆ ਭੈਣ ਭਰਾਵਾਂ ਨੂੰ, ਸਾਰਿਆਂ ਨੂੰ, ਵੀ ਜਿੱਦਾਂ ਦੀ ਸੜਕ ਬਣੀ ਹੈ ਨਾ, ਮੈਂ ਬੜੀ ਇਹ ਚੀਜ਼ ਨੋਟ ਕੀਤੀ ਆ ਵੀ ਬਹੁਤ ਹੀ ਤੇਜ਼ ਜਾਣ ਡੇ ਸਾਰੇ। ਦੋ ਤਿੰਨ ਜਾਣੇ ਤਾਂ ਮੈਂ ਵੇਖਿਆ ਮਹਾਂ ਹੀ ਮੁੜੇ, ਉਹ ਅੱਗੇ ਪੋਲ ਆ, ਉੱਧਰ ਵੀ ਜ਼ਮੀਨ ਆਪਣੀ, ਉਹ ਵੀ ਪਰਲੇ ਬੰਨੇ ਜਿੱਥੇ ਪੋਲ ਲੱਗਾ ਵਾ, ਅਤੇ ਉਹ ਵੀ ਮਤਲਬ ਪੋਲ ਦੇ ਬਿਲਕੁਲ ਲਾਗੋ ਨਹੀਂ ਲੰਘੇ, ਜ਼ਿਆਦਾ ਤੇਜ਼ ਆ ਜਾਂਦੇ ਪਿੱਛੋਂ, ਵੀ ਸੜਕ ਵਧੀਆ ਨਾ, ਉਹਦੇ ਕਰਕੇ ਉਹ ਜਿੱਦਾਂ ਜ਼ਿਆਦਾ ਭਜਾ ਲੈਂਦੇ ਆ ਜ਼ਿਆਦਾ, ਖਾਸ ਕਰਕੇ ਨਿਆਣੇ ਇੱਦਾਂ ਕਰਦੇ। ਹਾਂ, ਅਤੇ ਥੋੜ੍ਹੇ ਹੌਲੀ ਆਓ, ਆਪਣੇ ਬੱਚਿਆਂ ਨੂੰ ਵੀ ਸਮਝਾਓ ਅਤੇ ਐਵੇਂ ਕਿਤੇ ਸੱਟ ਫੇਟ ਨਾ ਖਾ ਜਾਇਓ ਭਰਾ, ਸੜਕ ਤਾਂ ਇੱਥੇ ਰਹਿਣੀ ਆ, ਹੌਲੀ ਜਾਣ 'ਚ ਫਾਇਦਾ ਵਾ, ਸੜਕ ਹੌਲੀ ਆ, ਚਲੋ ਵਧੀਆ ਵਾ, ਚਲੋ ਕੋਈ ਹੁਣ ਤੋਲਾ ਸਾਹਮਣੇ ਸਾਡੀਆਂ ਆਪਣੀਆਂ ਪੈਲੀਆਂ ਨੇ, ਅਤੇ ਬਾਕੀ ਆਪਾਂ ਸੜਕ ਚੌੜੀ ਹੋਈ ਆ, ਆਪਾਂ ਸੜਕ ਵਾਲਿਆਂ ਨੂੰ ਕਿਹਾ ਵੀ ਪੂਰਾ ਆਇਆ ਉਹ ਮੋੜ ਵੇਖ ਲਓ ਕਿੰਨਾ ਖੁੱਲ੍ਹਾ, ਆਪਾਂ ਕਹਿ ਕੇ ਕਰਾਇਆ ਜਿੰਨਾ ਖੁੱਲ੍ਹਾ ਬਣਾ ਸਕਦੇ ਤੁਸੀਂ ਬਣਾਓ, ਕੋਈ ਚਿੰਤਾ ਵਾਲੀ ਗੱਲ ਨਹੀਂ, ਕਿਉਂਕਿ ਆਪਾਂ ਜਦੋਂ ਪਰਾਲੀਆਂ ਮਾਉਂਦੇ ਹਾਂ ਸੜਕਾਂ ਹਮੇਸ਼ਾ ਘੱਟਦੀਆਂ, ਮਿੱਟੀ ਲੱਥਦੀ ਇਹਨਾਂ ਨਾਲੋਂ। ਅਤੇ ਆ ਜਾਓ ਨਾਲੇ ਤੁਹਾਨੂੰ ਆਪਾਂ ਸਬਜ਼ੀ ਵਿਖਾਈਏ ਆਪਣੀ। ਆਹ ਦੇਖੋ, ਮੈਂ ਇੱਥੋਂ ਨੋਟ ਕੀਤਾ ਵੀ ਇੱਥੋਂ ਕਈ ਬੰਦੇ ਬੜੇ ਔਖੇ ਮੁੜ ਕੇ ਗਏ ਆ, ਦੇਖੋ ਕਿੱਡਾ ਵੱਡਾ ਮੋੜ ਆ, ਪਰ ਜਦੋਂ ਜ਼ਿਆਦਾ ਤੇਜ਼ ਆ ਜਾਊਗਾ ਬੰਦਾ ਉਹ ਮੁੜ ਲੱਗਿਆ, ਫਿਰ ਉਹਨੇ ਪ੍ਰੋਬਲਮ ਹੋਣੀ ਹੋਣੀ ਉਹਨੂੰ, ਅਤੇ ਹੌਲੀ ਜਾਣ 'ਚ ਫਾਇਦਾ ਵਾ, ਸੁੱਖ ਬੜਾ ਹੋ ਗਿਆ ਸਾਰਿਆਂ ਨੂੰ, ਸੜਕ ਵਧੀਆ ਬਣ ਗਈ ਹੈ। ਇੱਕ ਸਾਡੀ ਇਹ ਜ਼ਿੰਮੇਵਾਰੀ ਸਾਰਿਆਂ ਦੀ ਵੀ ਹੁਣ ਇਹ ਸੜਕ ਦੇ ਉੱਤੇ ਕਿਤੇ ਘਰਾਂ ਦਾ ਪਾਣੀ ਨਾ ਪਵੇ ਕਿਸੇ ਦਾ ਵੀ, ਅਤੇ ਵਧੀਆ ਰਹੂਗੀ ਸੜਕ, ਅਤੇ ਆਪਾਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨੇ ਹਾਂ ਵੀ ਜਿਨ੍ਹਾਂ ਨੇ ਸੜਕ ਬਣਾਈ ਵਧੀਆ ਬਣੀ ਹੈ। ਅਤੇ ਉਹ ਤੁਹਾਨੂੰ ਮੈਂ ਆਪਣਾ ਕਮਾਲ ਦਿਖਾ ਦਿਆਂ ਪਹਿਲਾਂ, ਆਹ ਆਪਾਂ ਲਾਇਆ ਜੀ ਕਮਾਦ, ਅੱਜ ਇੱਕ ਆਪਣਾ ਸੱਜਣ ਆਇਆ ਸੀ ਉਹ ਗੋਡ ਵੀ ਗਿਆ ਇਹਨੂੰ ਸਾਰਾ, ਅਤੇ ਜਿੱਦਾਂ ਕੋਈ ਭੈਣ ਭਰਾ ਆਉਂਦਾ ਸੀ ਨਾ ਅਤੇ ਉਹ ਗੰਨੇ ਮੰਗਦੇ ਸੀ, ਅਤੇ ਕਈ ਸ਼ਹਿਰਾਂ 'ਚੋਂ ਆ ਜਾਂਦੇ ਆ ਵੀ ਕਰਕੇ, ਮੇਰੇ ਜਦੋਂ ਭਣੇਵੇਂ ਆਉਂਦੇ ਸੀ ਉਦੋਂ ਉਹਨਾਂ ਨੇ ਆਖਣਾ ਮਾਸੀ ਲਾਗੇ ਕਮਾਦ ਹੈਗਾ ਕਿਸੇ ਦਾ, ਮੈਂ ਆਖਿਆ ਕੋਈ ਗੱਲ ਨਹੀਂ, ਰਹੋ ਆਪਣਾ ਨਹੀਂ ਤਾਂ ਕਿਸੇ ਦਾ ਹੈਗਾ, ਰਹੋ ਪੀਣ ਵਾਸਤੇ ਗੰਨੇ ਆਪਣੇ ਲਾਏ ਆ ਵੀ ਚੱਲ ਆਪਣੇ ਖਾਣ ਪੀਣ ਜੋਗੇ, ਅਤੇ ਆ ਜਾਓ ਅੱਗੇ ਨਾਲੇ ਆਪਾਂ ਪਤਾ ਲੱਗੇ ਅੱਜ ਲੱਸਣ। ਇਹ ਆਪਣਾ ਇੱਕ ਸਾਲ ਦਾ ਸਮਾਨ ਹੋ ਗਿਆ ਜੀ ਪੂਰਾ, ਅਸੀਂ ਪਿਛਲੀ ਵਾਰੀ ਵੀ ਲਾਇਆ ਸੀ ਪਰ ਘਰ ਮਿਸਤਰੀ ਲੱਗੇ ਨਾ, ਉੱਧਰ ਉਹ ਹਾਲ ਹੂਲ ਜੇ ਬਣਾਏ ਅਤੇ ਉਹ ਸਾਰਾ ਥੱਲੇ ਆ ਗਿਆ, ਖਰਾਬ ਹੋ ਗਿਆ, ਹਰਾ ਸੀ ਉਦੋਂ ਜ਼ਿਆਦਾ, ਠੰਡ 'ਚ ਹੀ ਜ਼ਿਆਦਾ ਕੰਮ ਸ਼ੁਰੂ ਹੋਇਆ ਅਤੇ ਉਹ ਹੋਇਆ ਨਹੀਂ, ਤਾਂ ਮੋਲੀ ਲਿਆ ਕੇ ਖਾਂਦੇ ਰਹਿੰਦੇ, ਹੁਣ ਆਪਾਂ ਇੱਥੇ ਲਾਇਆ ਸੀ ਫਿਰ ਸਾਰਾ ਵਧੀਆ ਹੋ ਗਿਆ, ਸਾਲ ਆਪਣਾ ਲੰਘ ਜਾਣਾ। ਅਤੇ ਇੱਕ ਯਾਰ ਹੋਰ ਗੱਲ ਕਰਨੀ ਤੁਹਾਡੇ ਨਾਲ ਵੀ, ਮੈਂ ਵਲੋਗ ਜਿੱਦਾਂ ਪਾਉਂਦਾ ਕੋਈ ਨਾ ਕੋਈ ਮਾੜਾ ਮੋਟਾ, ਉੱਥੇ ਕਈ ਬੰਦੇ ਕਹਿੰਦੇ ਵੀ ਤੁਸੀਂ ਇਹ ਫੁਕਰੀ ਬੜੀ ਮਾਰਦਾ, ਫੁਕਰੀ ਯਾਰ ਮੇਰੇ ਵਰਗਾ ਬੰਦਾ ਵੀ ਫੁਕਰੀ ਮਾਰੂਗਾ, ਤੁਹਾਨੂੰ ਪਤਾ ਇਹ ਗੱਲ ਦਾ ਵੀ ਮੈਂ ਦੋਵਾਂ ਮਹੀਨੇ ਨਾ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ, ਉਹ ਵੀ ਮੇਰੀ ਮਾਂ ਨੇ ਮੈਨੂੰ ਦੱਸਿਆ, ਮੈਂ ਆਪਣੇ ਪਿਓ ਦੀ ਸ਼ਕਲ ਤੱਕ ਨਹੀਂ ਵੇਖ ਸਕਿਆ,
ਤੇ ਮੈਂ ਪਤਾ ਨਹੀਂ ਜ਼ਿੰਦਗੀ 'ਚ ਕਿੰਨੀਆਂ ਕੁ ਪਰਿਸਥਿਤੀਆਂ ਦੇ ਵਿੱਚੋਂ ਨਹੀਂ ਲੰਘ ਲੰਘ ਕੇ ਇੱਥੋਂ ਤੱਕ ਪਹੁੰਚਿਆ ਵਾਂ। ਪਤਾ ਨਹੀਂ ਕਿੰਨੇ ਕੁ ਦੁੱਖ ਜ਼ਿੰਦਗੀ 'ਚ ਵੇਖੇ ਹੋਣਗੇ, ਹੈ ਨਾ, ਕਿੰਨੀਆਂ ਕੁ ਜ਼ਿੰਮੇਵਾਰੀਆਂ ਨਿਭਾਈਆਂ ਹੋਣਗੀਆਂ। ਅਤੇ ਇਹੋ ਜਿਹਾ ਬੰਦਾ ਵੀ ਕਦੀ ਜ਼ਿੰਦਗੀ 'ਚ ਫੁਕਰੀ ਮਾਰੂਗਾ? ਹਰ ਇੱਕ ਭੈਣ ਭਰਾ ਦਾ ਸਾਥ ਦਿੱਤਾ ਜਿੱਥੋਂ ਤੱਕ ਸਾਡੀ ਵਾਹ ਗਈ ਹੈ। ਅੱਜ ਜਿੱਦਾਂ ਮਰਜ਼ੀ ਕੋਈ ਕਹੇ, ਕੋਈ ਬੰਦਾ ਇਹ ਨਹੀਂ ਕਮੈਂਟਾਂ ਦੀ ਲੜਾਈ ਮੈਂ ਨਹੀਂ ਲੜਨੀ ਚਾਹੁੰਦਾ, ਇਹ ਬਹੁਤ ਗਲਤ ਗੱਲ ਵਾ। ਆਪਾਂ ਕਮੈਂਟਾਂ 'ਚ ਕਿਸੇ ਨੂੰ ਗਲਤ ਕਹੀਏ ਉਹ ਵੀ ਬੜੀ ਮਾੜੀ ਗੱਲ ਆ। ਇੱਥੇ ਬਹਿ ਕੇ ਜਿੰਨੇ ਵੀ ਗੱਲ ਕਰਨੀ ਕਰ ਸਕਦਾ, ਜੇ ਆਪਾਂ ਕਿਸੇ ਨਾਲ ਧੱਕਾ ਕੀਤਾ, ਆਪਾਂ ਕਿਸੇ ਦਾ ਕੋਈ ਪੈਸਾ ਮਾਰਿਆ, ਜਾਂ ਆਪਾਂ ਕਿਸੇ ਨਾਲ ਕੋਈ ਮਾੜਾ ਕੰਮ ਕੀਤਾ, ਮੇਰੇ ਕੋਲ ਆਵੇ, ਮੇਰੇ ਪਿੰਡ 'ਚੋਂ ਆਣ ਕੇ ਪੁੱਛੋ ਵੀ ਮੈਂ ਕਿੰਨਾ ਕੁ ਪਿੰਡ 'ਚ ਮਾੜਾ ਵਾਂ, ਠੀਕ ਹੈ ਕਿ ਨਹੀਂ? ਇੱਦਾਂ ਦੇ ਕਮੈਂਟ ਨਾ ਕਰਿਆ ਕਰੋ ਮੇਰੇ ਵੀਰ। ਮੈਂ ਬੜੇ ਦੁੱਖ ਵੇਖੇ ਆਪਣੀ ਜ਼ਿੰਦਗੀ ਦੇ ਵਿੱਚ, ਪਰ ਇਹ ਆ ਵੀ ਮੈਂ ਆਪਣੀ ਮੇਰਾ ਧਿਆਨ ਮਿਹਨਤ ਵੱਲ ਹੁੰਦਾ ਕਿ ਮੈਂ ਜਿਹੜੇ ਆਪਣੇ ਹੱਥ ਆ ਨਾ ਜ਼ਿੰਦਗੀ 'ਚ ਸਾਰਿਆਂ ਨਾਲੋਂ ਵੱਧ ਮੈਂ ਆਪਣੇ ਹੱਥ ਵਰਤੇ ਆ। ਬਾਕੀ ਇਹ ਮੈਂ ਇਹਨਾਂ ਹੱਥਾਂ ਦੇ ਨਾਲ ਕਿਸੇ ਨਾਲ ਧੋਖਾ ਨਹੀਂ ਕੀਤਾ, ਕਿਸੇ ਨਾਲ ਬੇਈਮਾਨੀ ਨਹੀਂ ਕੀਤੀ, ਜਿੰਨਾ ਕੁ ਕਮਾਇਆ ਆਪਣੇ ਹੱਕ ਦਾ ਹੀ ਕਮਾਇਆ। ਆਪਾਂ ਹੁਣ ਵੀਡੀਓ ਬਣਾ ਕੇ ਹਟੇ ਹਾਂ, ਪੱਠੇ ਸਵੇਰੇ ਵੱਢੇ ਸੀ ਆਪਣੇ ਹੱਥਾਂ ਨਾਲ ਹੀ, ਮੱਝਾਂ ਨੂੰ ਪਾ ਕੇ ਆਏ ਹਾਂ, ਧਾਰਾਂ ਕੱਢਣੀਆਂ ਵਾਂ, ਘਰ ਦਾ ਕੰਮ ਸਾਰਾ ਇਹਨਾਂ ਨੇ ਆਪ ਕਰਨਾ, ਕੋਈ ਕੰਮ ਵਾਲੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਅਸੀਂ ਕਦੀ ਯਾਰ ਫੁਕਰੀ ਮਾਰਨੀ ਆ? ਅਸੀਂ ਗਰੀਬੀ ਵੇਖੀ ਆ, ਅਸੀਂ ਬਹੁਤ ਥੱਲਿਓਂ ਵੇਖੀ ਗਰੀਬੀ। ਬੰਦਾ ਨਹੀਂ ਹੁੰਦਾ ਵੀ ਜਿਹੜੇ ਤੰਗੀ ਦੇ ਦਿਨ ਵੇਖ ਕੇ ਤੇ ਚਾਰ ਪੈਸੇ ਆ ਜਾਂਦੇ ਆਖਣ ਹੁਣ ਸਾਨੂੰ ਪਹਿਲੇ ਦਿਨ ਭੁੱਲ ਗਏ ਨੇ। ਜਿੰਨਾ ਦਿਨਾਂ 'ਚ 50 ਰੁਪਈਏ ਲਿਆ ਕੇ ਮੋਟਰਸਾਈਕਲ 'ਤੇ ਜਾਈਦਾ ਉਹ ਦਿਨ ਅਜੇ ਵੀ ਚੇਤੇ ਰੱਖੀਦੇ ਆ। ਮੈਂ ਜਦੋਂ ਵੀ ਘਰੋਂ ਕਿਤੇ ਗੱਡੀ ਲੈ ਕੇ ਨਿਕਲਦਾ ਨਾ, ਇੱਧਰ ਨੂੰ ਮਤਲਬ ਸਾਡੇ ਤੋਂ 2 ਪਿੰਡ ਵਾ, ਇੱਧਰ ਇੱਕ ਮੂੜਾ ਪਿੰਡ ਆ, ਤੁਸੀਂ ਅੱਗੇ ਵੀ ਬਲੌਗ ਸੁਣਿਆ ਹੋਣਾ ਨਾ, ਇੱਧਰ ਨਾਲ ਹੀ ਬਿਠਾਵਾਂ ਮੈਂ। ਕੋਈ ਬਜ਼ੁਰਗ ਮਿਲ ਜੇ, ਕੋਈ ਮਾਤਾ ਮਿਲ ਜੇ, ਆਪਾਂ ਗੱਡੀ ਖਿਲਾਰ ਕੇ ਚੜ੍ਹਾ ਕੇ ਅਤੇ ਲੈ ਕੇ ਜਾਈਦਾ ਵਾ, ਜੇ ਹੋ ਸਕੇ 2-4 ਕਿਲੋਮੀਟਰ ਛੱਡ ਕੇ ਵੀ ਆਈਦਾ। ਤੁਸੀਂ ਕਹਿੰਦੇ ਫੁਕਰੀ ਮਾਰਦਾ, ਫੁਕਰੀ ਕਿਹੜੀ ਗੱਲ ਦੀ ਮਾਰਨੀ ਆ? ਉਹ ਰੱਬ ਦੇ ਹੱਥ 'ਚ ਸਾਹ ਵਾ, ਜੇ ਸਾਹ ਆਇਆ ਨਹੀਂ ਆਇਆ ਤਾਂ ਬੰਦਾ ਗਿਆ। ਫੁਕਰੀ ਫਕਰੀ ਆਪਣੇ 'ਚ ਕੋਈ ਨਹੀਂ ਹੈਗੀ, ਪਰ ਉਹ ਵੱਖਰੀ ਗੱਲ ਆ, ਕਿਸੇ ਦੀ ਸੋਚ ਇੱਦਾਂ ਦੀ ਹੋਊਗੀ ਵੀ ਕੋਈ ਸੋਚਦਾ ਹੋਊਗਾ। ਆਪਾਂ ਕੋਈ ਫੁਕਰੀ ਫਕਰੀ ਵਾਲੇ ਬੰਦੇ ਨਹੀਂ ਹੈਗੇ, ਆਪਾਂ ਤਾਂ ਸਿੱਧੇ ਦੇਸੀ ਪਿੰਡਾਂ ਵਾਲੇ ਬੰਦੇ ਹਾਂ। ਆਹ ਵੇਖ ਲਓ ਆਣ ਕੇ ਆਪਣਾ ਸਾਰਾ ਸਿਸਟਮ ਸਾਰਾ ਦੇਸੀਆਂ ਵਾਲਾ ਹੀ ਆ। ਚਲੋ, ਬਾਕੀ ਇਹ ਆ ਕਿ ਮਹਾਰਾਜ ਨੇ ਬੱਚੇ ਦਿੱਤੇ ਨੇ, ਨੇਕ ਦਿੱਤੇ ਨੇ, ਨਾਲ ਸਾਡੇ ਸਾਥ ਦੇਣ ਡਏ ਨੇ, ਠੀਕ ਹੈ ਨਾ? ਜਿੰਨੀ ਉਹਨਾਂ ਦੀ ਵਾਹ ਹੋ ਨਾ, ਆਪਣੇ ਵੱਲੋਂ ਵੱਧ ਤੋਂ ਵੱਧ ਲਾਉਂਦੇ ਨੇ ਕਿ ਅਸੀਂ ਆਪਣੇ ਮੰਮੀ ਡੈਡੀ ਦਾ ਸਾਥ ਦੇ। ਮੈਂ ਤੁਹਾਨੂੰ ਆਪਣੀ ਸਬਜ਼ੀ ਖਾਣਾ ਆ ਵੇਖੋ, ਆਪਣੀ ਬੀਜੀ ਆ ਤੇ ਬੀਜੀ ਸਾਡੀ ਸਾਡੇ ਤੋਂ ਵੱਧ ਸਾਥ ਦਿੰਦੇ ਨੇ। ਆਹ ਵੇਖੋ ਸਾਹਮਣੇ, ਆਹ ਮੂਲੀਆਂ ਲਾਈਆਂ ਜੀ ਆਪਾਂ, ਆਹ ਵੇਖੋ ਸਾਹਮਣੇ, ਉਹਨਾਂ ਦਾ ਧਿਆਨ ਸਿਰਫ ਸਾਡੇ ਵੱਲ ਹੁੰਦਾ ਵੀ ਕਿੱਥੇ ਗਏ ਕਿੱਥੇ ਆਏ, ਮੈਨੂੰ ਸਾਰਾ ਪਤਾ ਲੱਗਣਾ ਚਾਹੀਦਾ। ਇੱਕ ਮਿੰਟ ਵੀ ਨਹੀਂ ਸਾਡੇ ਤੋਂ ਬਗੈਰ ਕੱਢਦੇ, ਉਹਨਾਂ ਨੂੰ ਪਿੱਛੇ 'ਚ ਸੱਟ ਲੱਗ ਗਈ ਸੀ ਇੱਥੋਂ ਤੱਕ। ਇੱਕ ਮਿੰਟ ਰੁਕਿਓ, ਬੀਜੀ ਹੁਣਾਂ ਨੂੰ ਸੱਟ ਲੱਗ ਗਈ ਸੀ ਲੱਕ ਨੂੰ ਇੱਥੋਂ ਤੱਕ ਵੀ ਮੈਂ ਕਿਤੇ ਨਹੀਂ ਗਈ, ਮੈਂ ਸਿਰਫ ਆਪਣੀ ਸੱਸ ਨੂੰ ਸਾਂਭਿਆ ਵੀ ਮੇਰਾ ਫਰਜ਼ ਬਣਦਾ ਬਟਾਲੇ ਜਾਣਾ, ਜਿੱਥੇ ਵੀ ਜਾਣਾ ਮੈਂ ਬੀਜੀ ਨੂੰ ਘਰ ਛੱਡ ਜਾਣਾ, ਮੈਂ ਆਪ ਬੱਸ 'ਤੇ ਜਾ ਕੇ ਅਤੇ ਬੀਜੀ ਦੀ ਦਵਾਈ ਲਿਆਉਂਦੀ ਰਹੀ। 6 ਮਹੀਨੇ ਬੀਜੀ ਬਹੁਤ ਤੰਗ ਰਹੀ। ਅੱਜ ਮਹਾਰਾਜ ਨੇ ਸਾਰਾ ਕੁਝ ਦਿੱਤਾ, ਚਲੋ ਆਪਾਂ ਰੋਟੀ ਵਧੀਆ ਖਾਣ ਰਹੇ ਹਾਂ, ਮਾਲਕ ਦਾ ਸ਼ੁਕਰ ਆ ਤੁਹਾਡੇ ਪੈਰਾਂ ਪਿੱਛੇ ਸਾਰਿਆਂ ਭੈਣ ਭਰਾਵਾਂ ਦੇ, ਪਰ ਆਪਾਂ ਬੜੇ ਤੰਗੀ ਦੇ ਦਿਨ ਵੇਖੇ ਆ, ਠੀਕ ਆ ਕਿ ਨਹੀਂ? ਇਹ ਆ ਵੀ ਚਲੋ ਬੱਚੇ ਚੰਗੇ ਨਿਕਲ ਆਏ ਆ, ਬੱਚੇ ਵੀ ਪੜ੍ਹੇ ਵਿਚਾਰੇ, ਉਹਨਾਂ ਆਪਣੀ ਮਿਹਨਤ ਕਰ ਲਈ ਆ ਅਤੇ ਆਪਣਾ ਮਾੜਾ ਮੋਟਾ ਕੰਮ ਕਾਰ ਕਰੀ ਜਾਂਦੇ ਸਾਰੇ। ਕੀ ਆ ਕਿ ਜਦੋਂ ਮੰਨ ਲਓ ਤੁਸੀਂ ਨਹੀਂ ਆਪਣੇ ਡੈਡੀ ਦੀ ਸ਼ਕਲ ਵੇਖੀ ਤਾਂ ਕਿੱਦਾਂ ਵੀ ਆ, ਬੀਜੀ ਤਾਂ ਹੈ ਹੀ ਹੈ ਨਾ, ਇੰਨਾ ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਦੁੱਖ ਚੱਲਿਆ। ਸਾਡੀ ਮਾਤਾ ਜਿਹੜੀ ਵਿਚਾਰੀ, ਮੇਰੇ ਹਿਸਾਬ ਨਾਲ 40 ਸਾਲ ਦੀ ਉਮਰ ਹੋਊਗੀ ਜਦੋਂ ਸਾਡੇ ਫਾਦਰ ਸਾਹਿਬ ਦੀ ਮੌਤ ਹੋਈ ਹੈ, ਉਹਨਾਂ ਨੇ ਕਿੰਨਾ ਔਖਾ ਟਾਈਮ ਕੱਟਿਆ ਹੋਊਗਾ। ਸਾਰਿਆਂ ਤੋਂ ਪਹਿਲ ਮੈਂ ਇਸ ਚੀਜ਼ ਨੂੰ ਦੇਣਾ ਕਿ ਸਾਡੀ ਮਾਂ ਨੂੰ ਕੋਈ ਦੁੱਖ ਨਹੀਂ ਆਉਣਾ ਚਾਹੀਦਾ। ਕਈ ਵਾਰੀ ਉਹ ਬਜ਼ੁਰਗ ਸੁਭਾਅ ਉਹਨਾਂ ਦਾ ਕਿ ਹਲੇ ਲੜ ਵੀ ਪੈਂਦੇ ਸਾਡੇ ਨਾਲ, ਕਈ ਗੱਲਾਂ ਕਰਦੇ ਆ ਉਹਨਾਂ ਨਾਲ, ਹੁਣ ਨਿਆਣਿਆਂ ਵਾਲਾ ਸੁਭਾਅ ਵਾ, ਠੀਕ ਹੈ ਨਾ? ਪਰ ਆਪਾਂ ਕਦੀ ਫੁਕਰੀ ਫਕਰੀ ਵਾਲੀ ਗੱਲ ਨਾ ਸਮਝੋ ਇਹੋ ਜੀ, ਉਹ ਵੱਖਰੀ ਗੱਲ ਆ ਜੇ ਕਿਸੇ ਦੀ ਸੋਚ ਆ ਤਾਂ ਉਹ ਸਮਝੀ ਜਾਵੇ, ਠੀਕ ਹੈ ਕਿ? ਬਾਕੀ ਉਹ ਬਹੁਤ ਜ਼ਿਆਦਾ ਆਪਣੇ ਬੱਚਿਆਂ ਨਾਲ ਕਰਦੇ ਆ, ਇਹ ਨਹੀਂ ਵੀ ਨਹੀਂ ਜਾਣ ਨੂੰ ਕੋਈ ਸਮਝਣ ਜਾਣਾ, ਉਹਨਾਂ ਇੱਕੋ ਜਿਹੇ ਸਮਝਣਾ ਹੁੰਦਾ ਇਹੋ ਜਿਹੀ ਕੋਈ ਗੱਲਬਾਤ ਨਹੀਂ। ਹੁਣ ਮੇਰੇ ਦੁੱਖ ਦਾ ਤਾਂ ਮੈਨੂੰ ਪਤਾ ਨਾ ਪਿਓ ਦਾ ਪਿਆਰ ਕੀ ਹੁੰਦਾ, ਮੈਂ ਆਪਣੇ ਪਿਓ ਦਾ ਪਿਆਰ ਹੀ ਨਹੀਂ ਵੇਖਿਆ ਕਿ ਪਿਓ ਦਾ ਪਿਆਰ ਕੀ ਹੁੰਦਾ ਵਾ। ਸਾਡੇ ਹੁਣ ਬੱਚੇ ਆ ਨਾ ਅਤੇ ਉਹ ਬੜੇ ਮਾਂ ਨਾਲ ਆਵਾਜ਼ ਮਾਰ ਕੇ ਇੰਨੀ ਗੱਲ ਕਹਿੰਦੇ, ਆਹ ਚੀਜ਼ ਲਿਆ ਕੇ ਦਿਓ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿੱਥੋਂ ਲੈ ਕੇ ਆਉਣੀ ਆ, ਆਪਾਂ ਕਿਹਨੂੰ ਕਹਿਣਾ ਸੀ? ਬਾਕੀ ਆਪਾਂ ਵੀ ਇੱਥੋਂ ਤੱਕ ਜਿੰਨੀ ਸਾਡੀ ਵਾਹ ਨਾ, ਅਸੀਂ ਇਹੋ ਹੀ ਕਹਿੰਦੇ ਹਾਂ ਕਿ ਅਸੀਂ ਆਪਣੀ ਪਹਿਲੀ ਰੋਟੀ ਪਕਾਉਣੀ, ਮੈਂ ਆਪਣੀ ਸੱਸ ਨੂੰ ਹੁਲਕਾ ਦੇਣਾ, ਆਪ ਬਾਅਦ 'ਚ ਕਹਿਣਾ, ਇਹਨਾਂ ਦੇ ਡੈਡੀ ਨੂੰ ਵੀ ਬਾਅਦ। ਜਿਨ੍ਹਾਂ ਨੇ ਮਾਂ ਪਿਓ ਜਿਉਂਦੇ ਜਾਗਦੇ ਆ ਨਾ, ਉਹ ਸ਼ੁਕਰ ਕਰਿਆ ਕਰੋ ਤੁਹਾਨੂੰ ਮਾਂ ਪਿਓ ਦਾ ਪਿਆਰ ਮਿਲਿਆ ਵਾ।
ਇੱਕੋ ਮਨ ਦੇ ਵਿੱਚ ਬਸ ਇੱਕ ਚੀਜ਼ ਰਹਿ ਗਈ ਆ, ਭਾਵੇਂ ਅਰਬਾਂਪਤੀ ਹੋ ਜਾਈਏ, ਇੱਕੋ ਚੀਜ਼ ਰਹਿ ਗਈ ਮਨ ਦੇ ਵਿੱਚ ਜਿਹੜੀ ਮਿਲ ਨਹੀਂ ਸਕਦੀ ਕਦੀ। ਰੁਪਈਆਂ ਨਾਲ ਕੋਈ ਵੱਡਾ ਨਹੀਂ ਹੁੰਦਾ, ਅੱਜ ਜਿੰਨੇ ਮਰਜ਼ੀ ਰੁਪਈਏ ਹੋਣ ਕੋਈ ਚੀਜ਼ ਹਾਸਲ ਨਹੀਂ ਕਰ ਸਕਦੇ। ਇੱਕ ਚੀਜ਼ ਮਨ ਦੇ ਵਿੱਚ ਰਹਿ ਗਈ ਵੀ ਪਿਓ ਹੋਣਾ ਚਾਹੀਦਾ ਸੀ ਅੱਜ ਸਾਡਾ, ਉਹਨੂੰ ਸਰਦਾਰ ਬਣਾ ਕੇ ਚਿੱਟੇ ਕੱਪੜੇ ਪਾ ਕੇ ਅਤੇ ਉਹ ਮੰਜੀ 'ਤੇ ਬਹਿੰਦਾ ਅਤੇ ਫਿਰ ਉਹ ਵਹਿੰਦਾ ਵੀ ਮੇਰੇ ਜਿਹੜੇ ਧੀਆਂ ਪੁੱਤਾਂ ਕੰਮ ਕਰਨ ਡੇ। ਮੈਂ ਮੇਰੇ ਹਿਸਾਬ ਨਾਲ ਵੀ 8-9 ਸਾਲ ਦਾ ਹੋਊਂਗਾ ਅਤੇ ਜਦੋਂ 11 ਦੋਸਤਾਂ ਨਾਲ ਖੇਡਣਾ ਨਾ ਅਤੇ ਉਹ ਕਈ ਵਾਰੀ ਉਹਨਾਂ ਦੇ ਡੈਡੀ ਸੀ ਜਿਹੜੇ ਉਹਨਾਂ ਆਵਾਜ਼ ਵੂਜ਼ ਮਾਰਨੀ ਤਾਂ ਉਹਨਾਂ ਕਹਿਣਾ ਯਾਰ ਮੈਂ ਚੱਲਿਆ ਵੀ ਮੇਰਾ ਡੈਡੀ ਬੁਲਾਉਣ ਡਿਆ, ਮੇਰੀ ਮੰਮੀ ਬੁਲਾਉਣ ਡਈ ਹੈ। ਅਤੇ ਮੈਂ ਜਦੋਂ ਆਪਣੀ ਮਾਂ ਨੂੰ ਪੁੱਛਿਆ ਮੈਂ ਕਿਹਾ ਵੀ ਸਾਡਾ ਡੈਡੀ ਕਿਉਂ ਨਹੀਂ ਹੈਗਾ, ਲੋਕਾਂ ਦੇ ਡੈਡੀ ਹੈਗੇ ਆ, ਅਤੇ ਫਿਰ ਉਹਨਾਂ ਦੱਸਿਆ ਵੀ ਤੁਹਾਡੇ ਜਿਹੜਾ ਡੈਡੀ ਆ ਉਹ ਵੀ ਇੱਦਾਂ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ, ਉਹ ਨਹੀਂ ਹੈਗੇ। ਅਤੇ ਉਦੋਂ ਆਪਣੇ ਮਨ 'ਚ ਬੜਾ ਮਨ ਉਦਾਸ ਹੋਇਆ ਅਤੇ ਮੁੜ ਕੇ ਬਸ ਇਹੋ ਸੋਚਿਆ ਵੀ ਮਿਹਨਤ ਕਰਨੀ ਆ ਜਿੰਨੀ ਹੁੰਦੀ ਆ, ਹਰ ਫੀਲਡ 'ਚ ਕੀਤੀ ਆ, ਵਾਈ 'ਚ ਵੀ ਕੀਤੀ ਆ, ਪੂਰਾ ਰਿਕਾਰਡ ਰੱਖਿਆ ਇੱਥੇ ਪੁੱਛ ਲਿਓ ਆਣ ਕੇ, ਹਰ ਕੰਮ ਆਪਣੇ ਹੱਥੀ ਕੀਤਾ। ਅਜੇ ਤੱਕ ਮੈਂ ਆਪਣੇ ਕੰਮ ਸਾਰੇ ਅਜੇ ਤੱਕ ਹੱਥੇ ਹੱਥੀ ਕਰਨ ਡਿਆ। ਬਾਕੀ ਬੱਚਿਆਂ ਨੂੰ ਹੀ, ਤੇ ਸਾਡਾ ਵੀ ਦਾਦਾ ਹੁੰਦਾ ਤੇ ਆਪਾਂ ਵੀ ਆਪਣੇ ਦਾਦੇ ਦੀ ਗੋਦੀ 'ਚ ਖੇਡਦੇ, ਉਹਨਾਂ ਵਿਚਾਰਿਆਂ ਨੂੰ ਬੱਚਿਆਂ ਨੂੰ ਦਾਦੇ ਆਪਣੇ ਦਾ ਪਿਆਰ ਨਹੀਂ ਮਿਲਿਆ। ਆਪਾਂ ਜ਼ਿੰਦਗੀ ਦਾ ਹਰ ਦੁੱਖ ਹੰਡਾਇਆ ਆਪਣੇ ਸਰੀਰ ਦੇ ਉੱਤੇ, ਠੀਕ ਆ ਕਿ ਨਹੀਂ। ਬਾਕੀ ਫੁਕਰੀ ਵਾਲੀ ਗੱਲ ਨਾ ਮੇਰੇ ਵੀਰ ਕੋਈ ਕਰਿਆ ਕਰੋ, ਅਤੇ ਜੇ ਤੁਹਾਨੂੰ ਮੈਂ ਬਹੁਤ ਜ਼ਿਆਦਾ ਮਾੜਾ ਲੱਗਣਾ ਵਾ ਕੋਈ ਗੱਲ ਨਹੀਂ, ਤੁਹਾਡਾ ਵੀ ਧੰਨਵਾਦ ਆ ਅਤੇ ਤੁਸੀਂ ਆਣ ਕੇ ਐਵੇਂ ਦਿਲ ਨਾਲ ਦਿਖਾ ਕੇ ਜਾਇਆ ਕਰੋ, ਇੱਦਾਂ ਨਹੀਂ ਚੰਗੇ ਲੱਗੀਦਾ, ਠੀਕ ਆ ਕਿ ਨਹੀਂ। ਅਤੇ ਬਾਕੀ ਚਲੋ ਪਰਮਾਤਮਾ ਜਾਣਦਾ ਵਾ। ਦੂਜੀ ਗੱਲ ਇੱਕ ਹੋਰ ਤੁਹਾਨੂੰ ਦੱਸਦਾ ਵਾਂ, ਮਹਾਰਾਜ ਦੀ ਬਾਣੀ 'ਚ ਲਿਖਿਆ ਚੰਗੇ ਆਈਆਂ ਬਰਿਆਈਆਂ ਵਾਚੇ ਧਰਮ ਹਦੂਰ। ਆਪਾਂ ਮਨ 'ਤੇ ਟੈਨਸ਼ਨ ਨਹੀਂ ਕਦੀ ਕਿਸੇ ਦੀ ਲਈ, ਕੋਈ ਸਾਨੂੰ ਜਿੰਨਾ ਮਰਜ਼ੀ ਮਾੜਾ ਕਹਿੰਦਾ ਰਹੇ, ਦੱਸਾਂ ਕਿਉਂ, ਆਪਾਂ ਸਰਟੀਫਿਕੇਟ ਥੋੜ੍ਹਾ ਲੈਣਾ ਕਿਸੇ ਕੋਲੋਂ ਚੰਗੇ ਹੋਣ ਦਾ। ਸਾਡਾ ਸਾਥ ਦਿੱਤਾ ਉਹ ਪਰਮਾਤਮਾ, ਉਹ ਰੱਬ ਵੇਂਦਾ ਉੱਤੇ, ਉਹ ਚੰਗਿਆਈਆਂ ਅਤੇ ਬੁਰਿਆਈਆਂ ਜਿਹੜੀਆਂ ਨਾ ਉਹ ਵਾਚਣ ਡਿਆ ਵਾ, ਉਹ ਫੈਸਲੇ ਸਾਰੇ ਆਪੇ ਕਰ ਲੈਂਦਾ ਵਾ, ਸਾਨੂੰ ਕੋਈ ਲੋੜ ਨਹੀਂ ਹੈਗੀ ਟੈਨਸ਼ਨਾਂ ਲੈਣ ਦੀ। ਚਲੋ ਤੁਹਾਡਾ ਹੱਕ ਬਣਦਾ ਵੀ ਤੁਸੀਂ ਵੀਡੀਓ ਵੇਖਦੇ ਹੋ, ਚੰਗੇ ਕਮੈਂਟ ਵੀ ਕਰਦੇ ਹੋ, ਤੁਸੀਂ ਮਾੜੇ ਵੀ ਕਰ ਸਕਦੇ ਹੋ ਕਿਉਂਕਿ ਜਿੱਥੇ ਤੁਹਾਨੂੰ ਲੱਗੇ ਵੀ ਇਹ ਗਲਤ ਨੇ, ਅਤੇ ਪਰ ਇਹ ਆ ਵੀ ਇੰਨੇ ਵੀ ਗਲਤ ਨਾ ਕਰਿਆ ਕਰੋ ਵੀ ਸਾਡਾ ਦਿਲ ਦੁੱਖ ਜੇ, ਠੀਕ ਆ ਕਿ ਨਹੀਂ। ਅਤੇ ਬਾਕੀ ਤੁਹਾਡਾ ਸਾਰਿਆਂ ਨੂੰ ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਲਸਣ ਤਾਂ ਚੱਲਿਆ ਸਾਡਾ ਕੁੱਟਿਆ, ਉਹ ਨਾ ਕੁੱਟਾਂਗੇ ਲੇਟ। ਬਾਕੀ ਆ ਉਹ ਵੇਖੋ ਬਤਾਊਂ ਲਾਏ, ਮਿਰਚਾਂ ਲਾਈਆਂ, ਧਨੀਆ ਹੋ ਗਿਆ ਆਪਣਾ, ਪਾਲਕ ਵਾ, ਟਮਾਟਰ ਆ, ਭਿੰਡੀਆਂ, ਕਾਫੀ ਸਬਜ਼ੀ ਲੱਗੀ, ਮਿਰਚਾਂ ਦੇ ਬੂਟੇ, ਆਹ ਆਪਾਂ ਪੱਠੇ ਬੀਜੇ ਆ। ਬਾਕੀ ਆਹ ਜਿਹੜੀ ਵੱਟ ਆ ਨਾ ਇਹਦੇ ਉੱਤੇ ਸਾਰੀ ਜਵਾਰ ਲਾਈ ਆ ਛਲੀਆਂ ਵਾਸਤੇ, ਬਹੁਤ ਵਧੀਆ ਉੱਗੀ ਆ। ਆਹ ਵੇਖੋ ਆਹ ਮੂਲੀਆਂ ਵੀ ਆਪਣੀਆਂ ਹੋ ਗਈਆਂ ਘਰ ਦੀਆਂ, ਦੁੱਧ ਘਰ ਦਾ, ਸਬਜ਼ੀ ਘਰ ਦੀ, ਅਤੇ ਮੈਂ ਕੀ ਕਰਨੇ ਕਮਾਦ ਵੀ ਲਾਇਆ। ਚਲੋ ਫਿਰ ਹੋਰ ਪੀਆ ਕਰਾਂਗੇ ਸਾਰੇ, ਨਿਕਾ ਜਿਹਾ ਲਿਆਉਣਾ ਇੱਕ ਵੇਲਣਾ, ਅਤੇ ਜਦੋਂ ਸਾਡੇ ਸਾਰੇ ਵੀਡੀਓ ਬਣਾਉਣ ਆਇਆ ਕਰਨਗੇ, ਫਿਰ ਆਪਾਂ ਘਰੇ ਰੋਹ ਕੱਢ ਕੇ ਸਾਰਿਆਂ ਨੂੰ ਚੱਲਿਆ ਕਰਾਂਗੇ, ਕਿ ਨਹੀਂ ਜਿਹੜਾ ਮਰਜ਼ੀ ਆਵੇ, ਜਿਹੜਾ ਮਰਜ਼ੀ ਆਵੇ ਕਿ ਲਓ ਜੀ ਲਸਣ ਤਾਂ ਗਿਆ ਆਪਣਾ ਪੁੱਟਿਆ, ਹੁਣ ਮੈਂ ਢੇਰੀਆਂ ਕਰਦਾ। ਪਾਣੀ ਲਾਇਆ ਤੇ ਤੁਹਾਨੂੰ ਕਈ ਗੰਢੇ ਥੱਲੇ ਰਹਿਣ ਡੇ ਆ। ਹਾਂਜੀ ਇਹ ਮੇਰੇ ਕੋਲ ਵੀ ਰਹੇ ਦੋ ਤਿੰਨ, ਫਿਰ ਵੀ ਇੱਥੇ ਨਵੀਂ ਵਰਾਇਟੀ ਲਾਈ ਆ, ਹੁਣ ਪਤਾ ਨਹੀਂ ਜਦੋਂ ਪੁੱਟਾਂਗੇ, ਜਿਹੜਾ ਜ਼ਿਆਦਾ ਜ਼ਿਆਦਾ ਨਹੀਂ ਮੋਟੇ ਹੁੰਦੇ ਵਾਵਾ, ਅਤੇ ਉਹ ਹੁਣ ਵੇਖੋ ਕਿੱਦਾਂ ਦਾ ਹੁੰਦਾ, ਬਾਕੀ ਪੁੱਟਾਂਗੇ ਤਾਂ ਪਤਾ ਲੱਗੇਗਾ। ਬਾਕੀ ਆਹ ਵੇਖਿਓ ਸਾਡੀ ਸਬਜ਼ੀ, ਇਹਨਾਂ ਨੇ ਅੱਗੇ ਖਾਲੀ ਆ, ਅਤੇ ਮੇਰੇ ਮਨ ਨੂੰ ਨਾ ਲੱਗਾ ਕਿ ਜਿੱਦਾਂ ਨਹੀਂ, ਆਹ ਵੇਖਿਓ ਆਪਾਂ ਮਿਰਚਾਂ ਲਾਈਆਂ, ਆਹ ਲੋ